ਸਾਸ਼ਾ ਨੇ ਤੇ ਆਵਾਜ਼ ਨੂਰੋ ਵਾਲੀ ਲੱਦਦੀ ਭੈਣ ਬਣਿਆ ਥਲਾ ਉਸ ਤੋਂ ਆਉਣੀ ਹੈ ਧਾਰ ਅੱਲਾ ਸੋਹਣਿਆ ਚੁੜੇਲ ਤਾਂ ਨਹੀਂ ਸਾਥਿਆ ਮਤੋ ਸਾਥਿਆ ਮੇਰੀ ਸਵਾਣੀ ਦੀ ਆਵਾਜ਼ ਤੇ ਚੁੜੇਲ ਹੋਵੇ ਰੇਤ ਦੀ ਕੋਠੀ ਆਉਂਦੀ ਏ ਇਹ ਤੇਰ ਜਾਵੇ ਤਾਂ ਬੰਦਾ ਮਾਰ ਜਾਪ ਜਾਂਦਾ ਇਹ ਰੇਤ ਦੀ ਕੋਠੀ ਜਿਤਨਾ ਤੱਕ ਨੂਰੋ ਦਾ ਹੱਥ ਰਿਆ ਨਾ ਇਹ ਨਹੀਂ ਕਿਰਣ ਦਿੰਦੀ ਚੰਦੀ ਥਿਰਣ ਦਿੰਦੀ ਸਾਧ ਮਾਰ ਤੇ ਲੁੱਟ ਜਾਨੀ ਮੈਂ ਹੁਣ ਦਬ ਰਿਆ ਥਲਾ ਮੂੰ ਮੈਂ ਵੇਖ ਲਾ ਬੱਕਰੀਆਂ ਵਾਸਤੇ ਪੱਠੇ ਵੋਜ ਕੇ ਆ ਹੀ ਗਈਆਂ ਤੇ ਤੂੰ ਅਜੇ ਤੱਕ ਇਹ ਕੰਮ ਨਹੀਂ ਮੁਕਾਇਆ ਰੋਟੀ ਕੋ ਨਹੀਂ ਖਾਵਣੀ ਬੂਟੇ ਦੇਣੇ ਨਹੀਂ ਕਿਤਨੇ ਬੂਟੇ ਆ 1 2 3 4 5 6 7ਵੇਂ ਬੂਟੇ ਨੂੰ ਸੱਚਾ ਤਾਲ ਤਰੇਂਦਾ ਪਿਆ ਸਾਡੇ ਸਾਡਿਆਂ ਤੋਂ ਦੁਲਾਈ ਥਾਰ ਤੇ ਮੁੜ ਥਾਦ ਪਾਵਣੀ ਵੇਖ ਲਾ ਬੜੀ ਸਾਰੇ ਬੂਟੇ ਸੋਤ ਪੋਤ ਦਾ ਇਹਨੂੰ ਹਾਂ ਖਰਾਬ ਹੋ ਗਏ ਤੂੰ ਪਿਆ ਨਹੀਂ ਵੇਚ ਛੱਡੀਏ ਵੇਚਣੇ ਨੇ ਇਹਨਾਂ ਦੀ ਤਰੇ ਨੇ ਤੋ ਛੱਤ ਮਿਹਨਤ ਥਾਰ ਤੇ ਨਾਲ ਸਾਰੇ ਦੇ ਵੇਚ ਨਾ ਅਮਰੂਦਾਂ ਦੇ ਬੂਟੇ ਲੈਨੇ ਆ ਆਂਦੇ ਨੇ ਯੂਰੀਆ ਖਾਦ ਨਹੀਂ ਹੁੰਦੀ ਹਾਂ ਉਹ ਮੁੱਢਾਂ ਦੇ ਵਿੱਚ ਇਹਨਾਂ ਦੇ ਪਾਓ ਤੇ ਚੂਨਾ ਲਾਓ ਤੇ ਜਿਹੜੀ ਬਿਮਾਰੀ ਸ਼ਮਾਰੀ ਕੀੜਾ ਛੇੜਾ ਲੱਗਾ ਨਾ ਖਤਮ ਹੋ ਜਾ ਅਦਾਂ ਵਾਸਤੇ ਤੋਂ ਡਾਕਟਰ ਨਾਲ ਨਹੀਂ ਤਿਆਰ ਹੋਣਾ ਤੈਨੂੰ ਸਾਧ ਸਮਾਵਣੀ ਹੈ ਸਾਰੀਆਂ ਬਿਮਾਰੀਆਂ ਤੇਰੇ ਚ ਹੀ ਮੁੱਤ ਜਾਸੇ ਤੈਨੂੰ ਪਤਾ ਕੋਈ ਬਿਲਕੁਲ ਐਂ ਸਿੱਧੀ ਪਈ ਉਸੇ ਐਂ ਬਾਹ ਤੇਰੀਆਂ ਨਾਲ ਲੱਦੀ ਹੋਈ ਉਸੇ ਤੇ ਐਂ ਹਲਾ ਆ ਵੇ ਬੂਜਾ ਉਰਾ ਗਾਲ ਸੁਣ ਉਰਾ ਨਾ ਬੂਰ ਦੇ ਉੱਤੇ ਅੰਬ ਲੱਦਣੇ ਮੈਂ ਘਰ ਆਪਣੇ ਅੰਬ ਲਵਾਉਂ ਨਵੇਂ ਕੇ ਉੱਚੂ ਖਾਦ ਵਿੱਚ ਅੱਛਾ ਪਾਣੀ ਵਿੱਚ ਅੱਛਾ ਕੋਈ ਨਾ ਚੱਜੀ ਮੈਨੂੰ ਚੱਗਾ ਚੱਜਾ ਚੋ ਮੈਨੂੰ ਬਹੁ ਕਾਵੇ ਚੱਜੀ ਨਹੀਂ ਛੇਤੀ ਉਤਲਾ ਦੀ ਜਵਾਨੀ ਨੀ ਨਾ ਕਦੀ ਬਹੁ ਗੁਣਾ ਦੀ ਚਿੱਟੀ ਅੱਛਾ ਗੱਲ ਸੁਣ ਪਿਆਰਾ ਗਰਮੀ ਮੈਂ ਲਿਚਾਂ ਮੇਰੀਆਂ ਨੂੰ ਪੀਰ ਹੁੰਦੀ ਪੁਰਾਣੀ ਬੈਠੀ ਚੁੱਲ੍ਹੇ ਤੇ ਬੈਠੀ ਬੈਠੀ ਪੁਰਾਣੀ ਬੈਠੀ ਏ ਤੇ ਉਹ ਨਾਥੀ ਤਾਈ ਚਵਾਈ ਸੀ ਚਲੋ ਠੀਕ ਹੈ।
ਮੇਰਾ ਨਾਂ ਹੈ ਨੂਰੀ, ਮੇਰੀ ਸੁਣ, ਮੇਰਾ ਨਾਂ ਹੈ ਨੂਰੀ ਜੱਟੀ, ਪਿਆਰ ਵਿੱਚ ਦੇਨੀ ਆ ਮੈਂ ਕੋਈ ਨਾ ਘੱਟੀ, ਅਸਮਾਨ ਤੇ ਟਾਕੀ ਲਾ ਵੀ ਲੈਣੀ ਆ ਤੇ ਅਸਮਾਨ ਤੋਂ ਟਾਕੀ ਲਾ ਵੀ ਲੈਣੀ ਆ। ਇਸ ਦਾਲ ਨੂੰ ਛੱਡਣ ਤਮਲੇ ਦਾ ਤਮਾਸ਼ਾ ਡਿੱਠੀ, ਮੈਂ ਛੋਹਰ ਦਾ ਨਾਂ ਲਿਆ ਹੈ ਉਹ ਲੱਤਾਂ ਹੀ ਨਹੀਂ ਤਰੇਂ ਦਾ ਵੱਧਦੇ ਤੇ ਜੇ ਉਂਝਾ ਥਾ ਤੇ ਪਿਆਂ ਦਾ ਥਾਦ ਵੀ ਟਿੰਦੀ। ਹੈਲੋ, ਸੀਨੇ ਤਾਂ ਸਾਰਿਆਂ ਦਾ ਦਿਲ ਧੜਕਦਾ ਹੈ ਨਾ, ਹਾਂਜੀ, ਚਾਹੇ ਕਮਲਾ ਹੀ ਹੈ ਨਾ ਉਹਦੇ ਸੀਨੇ ਤਾਂ ਦਿਲ ਹੈ ਨਾ। ਚਲੋ ਇੱਥੇ ਹੀ ਫੱਦੋ ਤੇ ਉਸ ਬੂਟੇ ਨੂੰ ਨਾ ਆਪਣੇ ਦਿਲ ਦੇ ਨਾਲ ਇਹਨੂੰ ਦੋਢੀ ਕਰੋ। ਆਓ, ਇਹ ਕਿਹੜੀ ਜੁਰਮਾਂ ਦੀ ਸਜ਼ਾ ਹੈ? ਜੁਰਮਾਂ ਦੀ ਸਜ਼ਾ ਨਹੀਂ, ਇਦਾਂ ਫਾਜਿਆ ਤੂੰ ਵੀ ਤੋਈ ਤਾਰ ਤੇ ਥਾ ਇੱਥੇ ਦੀ ਮੈਂ ਬਹੁਤ ਸੋਹਣਾ ਲੱਗਾ ਬਣਾ ਕੇ ਜਿਹੜੀ ਹਨੇਰੀ ਪੰਦੀ ਹੈ ਨਾ ਇਹ ਤਾਂ ਸਾਰਾ ਬੁੜਕਾ ਜਾਂਦਾ ਇਹ ਸਾਰੀ ਨਾ ਸਾਰੀ ਦਿਹਾੜੀ ਨਾ ਦੀ ਦੇਖਭਾਲ ਆ, ਟਾਕ ਲਾਇਆ ਨਾ, ਸਾਰੇ ਤਾਲ ਛਾਲ ਕੀਤੀ, ਪਾਣੀ ਨੂੰ ਲਿਸਾ ਹੈ, ਮੇਰੀਆਂ ਆਦਰਾਂ ਜਿਹੜੀਆਂ ਨੇ ਨਾ ਉਹ ਸੁੱਕਦੀਆਂ ਰਹਿੰਦੀਆਂ ਨੇ। ਤੁਸੀਂ ਮੇਰੀ ਭੈਣ ਦੇ ਪੋਤਰੋ, ਸਮਝ ਆਈ? ਤੈਨੂੰ ਪਤਾ ਮੈਨੂੰ ਕਿਹੜੀ ਪਿਆਰੀ ਆਈ ਮਰ ਜਾਣੀ, ਇੱਕ ਮਿੰਟ ਨਾ ਲੱਗਦਾ ਤੇ ਮੈਂ ਸਿੱਖਦਾ ਰਹਿਣਾ ਕਿ ਮੇਰਾ ਉਹਰੇ ਬਣੇਵਾ ਆਉਂਦਾ ਉਹਰੇ ਆਉਂਦਾ ਤੁਹਾਡੇ ਮੁੰਡੂ ਆਏ ਵੇਖ ਲਾ ਕੇ ਕਾਰੋਬਾਰ। ਅੱਛਾ ਮਸ਼ਵਰਾ ਦੇ ਖਬਰਾਂ, ਅੱਗੇ ਤਾਂ ਜਾਮ ਨੂੰ ਲਾ ਕੇ ਲੈ ਜਾਂਦਾ ਬਾਜ਼ਾਰ, ਪੇਟੀਆਂ ਹੀ ਵੇਚਦਾ। ਅੱਛਾ, ਇਤਵਾਰੀ ਮੇਰਾ ਦਿਲ ਖਲੇ ਦਾ ਬੂਟੇ ਨਾ ਵੇਚ ਛੱਡਾਂ। ਜੇ ਤਾਂ ਖਿਆਈ ਕਰ ਲਵੇ ਤੇ ਜਿਹੜੇ ਉਹ ਪੇਟੀਆਂ ਆਪ ਲੈ ਕੇ ਜਾ ਕੇ ਵੇਚਣਾ ਹੈ ਨਾ, ਉਹਦੇ ਚਾਰ ਪੈਸੇ ਜ਼ਿਆਦਾ ਬਣ ਜਾਂਦੇ ਨੇ। ਜੇ ਖਲੇ ਵਿੱਚ ਨੀ ਤਾਂ 2 ਰੁਪਏ ਘੱਟ ਬਣਨੇ ਨੇ, ਜ਼ਹਿਰੀ ਗੱਲ ਜਿੰਨਾ ਲੈਣਾ ਉਹਨਾਂ ਵੀ ਤਾਂ 2 ਰੁਪਏ ਕਮਾਉਣੇ ਨੇ, ਨਹੀਂ ਕਮਾਉਣੇ। ਹਾਲੇ ਵੀ ਸੋਚੋ ਨਾ ਜੀ, ਜਿਸ ਵੇਲੇ ਮੈਂ ਮੰਡੀ ਜਾਂਦਾ ਨਾ ਲੈ ਕੇ ਪੇਟੀਆਂ, ਚੂਹਾ ਹੈ ਵਾਢੀ ਗਵਾਢੀ ਉਠੀਂਦੇ ਜੰਮ ਲੈਂਦੇ, ਉਦੋਂ ਨਾਲ ਇੱਧਰ ਰੜੀ ਢੇਰ ਨਿਕਲ ਜਾਂਦੀ ਤੇ ਤੱਲੂ ਵੱਲੂ ਚੱਕਰ ਲਾਏ ਨਹੀਂ, ਕੋਈ ਨਹੀਂ ਲਾਇਆ। ਆਮ ਬਈ ਡੇਡੇ ਹੋਏ ਖਲੇ, ਕਿਆ ਬਾਤ ਹੈ, ਚੱਕਰ ਲਾ ਜਿਸਲੇ ਮੇਰਾ ਮਾਲ ਤਿਆਰ ਹੋਇਆ ਨਾ ਮੈਂ ਜਾਮ ਨੂੰ ਆਪਣੇ ਹਿੱਸਾ ਕਰ। ਚੰਗਾ ਯਾਰ, ਫੇਰਾ ਮਾਰਿਆ ਕਰ ਵੇਖ, ਹੁਣ ਮੈਨੂੰ ਮੋੜ ਨਾ ਆਖਣਾ, ਮੈਂ ਸਾਵਣੇ ਚ ਇਨਸ਼ਾਅੱਲਾ ਤੇਰੇ ਕੋਲ ਉਸਾਂ, ਫੇਰਾ ਲਾਜ਼ਮੀ ਮਾਰਿਆ ਖੈਰ ਹੋਵੇ ਇਨਸ਼ਾਅੱਲਾ। ਮਾਮੇ ਨੂੰ ਜਾਵਣਾ ਮਿਲੇ ਸਾਵਣੇ ਚ, ਇੱਥੋਂ ਮੇਰਾ ਦਿਲ ਗੁੱਬ ਮੇਰੇ ਕੋਲ ਹੁਣ ਬੱਚਾ ਕੋਈ ਨੀ ਪਿਆ। ਮੈਨੂੰ ਕਰੀਆ ਰੋਟੀ ਲੈ ਲਾਇਓ, ਨੌਕਰੀਆ ਪਾਣੀ ਲਾਇਓ, ਲਾਇਓ ਨਾ ਡੇਰਾ ਕੰਮ ਕਰਨਾ, ਤੈਨੂੰ ਮੈਂ ਕਰਦਾ ਕਿ ਕਰੀ ਮੈਂ ਤੇਰੇ ਨਾਲ ਕਾਵੜੇ ਹੋਇਆ। ਓਏ ਮੈਂ ਕਾਵੜੇ ਹੋਇਆ ਤੇਰੇ ਨਾਲ ਚਗਾਇਆ, ਤੂੰ ਬੜਾ ਜ਼ਾਲਿਮ ਹੈ। ਮੈਨੂੰ ਛੱਡ ਤੇ ਉਹਦੇ ਮਦਰ ਵੱਧ ਜਾਵਣਾ, ਕੌਣ ਕੀ ਬਣਿਆ
ਜਿਹੜਾ ਪਹਿਲੇ ਚੌਥ ਦੇ ਵਿੱਚ ਹੋਟਲ ਹੈ ਮੱਛੀਆਂ ਦੀ ਦੁਕਾਨ ਦੇ ਨਾਲ ਚਾਹ ਤੇ ਰੋਟੀ ਵਾਲਾ ਮੈਂ ਉੱਥੇ ਗਿਆ ਮੂੰਹ ਪਿੱਛੋਂ ਮੈਂ ਰੋਟੀ ਖਵੇ ਜਿਹੜੇ ਜਾਂਦਾ ਕੋਈ ਨਾ ਉਹ ਚੱਲ ਇੱਥੇ ਰੋ 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 ਤੇ ਐਂ ਥੱਪੜਾ ਜਿਹਾ ਨਿਚੋੜੇ ਨਾ ਐਂ ਤਾਰ ਤੇ ਹੰਝੂ ਦਾ ਬਲ ਚ ਭਰੀ ਜਾਵੇ ਥੱਲੇ ਕੀ ਜੀ ਤੇਰੇ ਮਦੇ ਰਾ ਸਮਾ ਨਹੀਂ ਕੁਝ ਬਹੁ ਸੋਹਣੀ ਉਹ ਛੋਏ ਆ ਸਮਾਂ ਜਿਹੜਾ ਚੌਥ ਹੈ ਉਹਦੇ ਨਾਲ ਜਿਹੜਾ ਹੋਟਲ ਹੈ ਉਸ ਹੋਟਲ ਦੇ ਸਾਹਮਣੇ ਚਬਾਰੇ ਵਾਲਾ ਥਾਰ ਹੈ ਕੱਪੜੇ ਬਚਾਈਆ ਹਾਂ ਕੱਪੜੇ ਬਚਾਈ ਉਹਨੂੰ ਇਹਨਾਂ ਥੱਪੜਿਆਂ ਨਾਲ ਪਿਆਰ ਨਹੀਂ ਸਦਾ ਲਾ ਕੱਪੜੇ ਨਾਲ ਪਿਆਰ ਹੀ ਚੁੱਡੂ ਪਿਆ ਨਾ ਮੇਰੇ ਨਾਲ ਹੀ ਜੁਆ ਨਾ ਉਹ ਮੇਰੇ ਨਾਲ ਨਹੀਂ ਤੇਰੇ ਮਦਦ ਮਦੀਆ ਬਈ ਮੇਰੇ ਨਾਲ ਹੀ ਤੇ ਕੱਪੜੇ ਮੋਰ ਬਚਾਈਆ ਮੈਂ ਕੱਪੜੇ ਨਾਲ ਚਲੀ ਸੁਣਾ ਚਲੋ ਵਟਾ ਲਾ ਨੱਚੀ ਜੁੱਤੀ ਵੀ ਆ ਹੈ ਨੱਚੀ ਜੁੱਤੀ ਵੀ ਆ ਤੇ ਆ ਥਲੋਂਦਾ ਸੀ ਮੈਂ ਤੂੰ ਏ ਗੋਈ ਦੇ ਦੀ ਨਾ ਪਿੱਛੇ ਮੈਂ ਚੁਰਦੋ ਨਾ ਚੌਕੋ ਚ ਇਤਨੀ ਜਮੋਕ ਚ ਥੱਲੇ ਹੁੰਦੀ ਦੁਕਾਨ ਦਾ ਦੁਲਾਨ ਦਾ ਅਲਾ ਹੁਣ ਮੇਰਾ ਵੀ ਇੱਥਾ ਅਮਸਾਰ ਚਾ ਕੇ ਇਸਲਾ ਮੈਂ ਤੇਰਾ ਸਿੱਧਾ ਸਿੱਧੀ ਥਲਾ ਇਹਨੇ ਤਾਰੋ ਆ ਜਿਹੜੇ ਅਮਰੂਦਾਂ ਦੇ ਬੂਟੇ ਨਹੀਂ ਇਹਨਾਂ ਨੂੰ ਤਈ ਨਾਲ ਨਾ ਥੋੜਾ ਥੋੜਾ ਮੈਨੂੰ ਤਾਲ ਸਰਾ ਸਹੀ ਉਜਾ ਕਿੰਨਾ ਮੋਰੀ ਕਿ ਓਏ ਉਸ ਘੰਟੇ ਬਾਅਦ ਆਵਣਾ ਹੀ ਇਹ ਘੰਟਾ ਤਾਂ ਇੱਥੇ ਮੈਨੂੰ ਲਵਾ ਚਾ ਕਈ ਕਿਦੇ ਤਈ ਭਈ ਆ ਤਨ ਚਾ ਦੇਣਾ ਇੱਕ ਚਾਹੀ ਮੰਗ ਵੀ ਦੇਣਾ ਹੈ ਤੇਰੀ ਸ਼ਾਹ ਛੇਨੇ ਤੇ ਹੈ ਛੇਨੇ ਤੇ ਤੇਰੀ ਸ਼ਾਹ ਛੇਨੇ ਤੇ ਮੈਨੂੰ ਤਾਂ ਸਮਾਂ ਦੇ ਥਾ ਅਜੇ ਰਾਈ ਕਰਿੰਦਾ ਤੇ ਵਿੱਚੋਂ ਫੁਆਰਾ ਨਿਕਲ ਜਾਏ ਤੇ ਮੋਰ ਕਛਬੋ ਹੁੰਦੀ ਹੈ ਉਹ ਪਰਫਿਊਮ ਹੁੰਦਾ ਹੀ ਸਦਾ ਲਾ ਸਨੇ ਤੇ ਛੇਨੇ ਤੇ ਅੱਗੇ ਛੇਨੇ ਅੱਧੇ ਸਦਨ ਦੇ ਆ ਉਹਨੂੰ ਤੇ ਥਰੂ ਹੈ ਉਹਦੇ ਨੇ ਕਿਹਦੇ ਇੰਦਾ ਹੋਣਾ ਕਛਬੋ ਜਾਤੀ ਹਾਂ ਚਲੋ ਵਿਦੇਸਾਂ ਖਾਂਦੀਆਂ ਦੇ ਪਿੱਛੇ ਤੇ ਜਾਵਣ ਦਾ ਮਸਤ ਰੋਂਦੀ ਪਈ ਆ ਤੇ ਰੋਂਦੀ ਪਈ ਆ ਖਾਵਾਂ ਭਾਜਿਆ ਆ ਮੈਨੂੰ ਸਾਲ ਸਰਾ ਮੋੜ ਲੈ ਜਾਵੀ ਹੋਰ ਸੁਣਾਓ ਅੱਲਾ ਪਾਕ ਦਾ ਸ਼ੁਕਰ ਹੈ ਮਾਮਾ ਅਲਹਮਦੁਲਿਲਾ ਹੁਣ ਤਾਂ ਤੁਸੀਂ ਖੁਸ਼ ਹੋ ਬੜਾ ਮਾਸ਼ਾਅੱਲਾ ਮੈਂ ਵੀ ਇਹ ਤੋਂ ਫਿਰਦਾ ਆ ਬਾਗ ਚ ਮਾਸ਼ਾਅੱਲਾ ਚੰਗੇ ਠੁੱਲੇ ਠੁੱਲੇ ਅੰਬ ਲੱਗੇ ਖੜੇ ਨੇ ਅਮਰੂਦ ਮਾਸ਼ਾਅੱਲਾ ਬਹੁਤ ਰੌਣਕਾਂ ਲੱਗੀਆਂ ਖਾਈਆਂ ਤੇ ਤੁਹਾਡੀਆਂ ਦੁਆਵਾਂ ਦੇ ਅਸਰ ਹਨ ਆ ਪੀਓ ਮਾਮ ਪਾਣੀ ਹੋਰ ਤਾਂ ਅਸੀਂ ਦੇ ਰਾਤੀ ਕਰਨੇ ਆ ਸੁਣਾ ਮਾਮੀ ਕਿਵੇਂ ਆਈ ਉਹ ਵੀ ਠੀਕ ਠਾਕ ਹੈ ਸਾਰੇ ਘਰ ਦੇ ਠੀਕ ਆ ਸਭ ਤਕੜੇ ਬਟੜੇ ਤੇ ਜਿਹੜੀ ਨਵੀਂ ਨੌ ਲਾਂਦੀ ਹੈ ਇਹ ਵੀ ਵਾਲ ਵਧੀ ਹੈ ਉਹਦੀ ਗੱਲ ਹੀ ਨਾ ਪੁੱਛ
ਲੜਾਕੀ ਖੁਆਰੇ ਖੇਡੀ ਲੜਾਕੀ 24 ਘੰਟੇ ਲੜਦੀ ਰਹਿੰਦੀ ਹੈ। ਕਿਉਂ? ਬਸ ਮਰਜ਼ੀ ਵਾਲੀ ਬੜਾ ਸਮਝਿੰਦਾ ਓਹਨੂੰ ਵੀ ਸਿਆਣੀ ਬਾਣ ਉਹ ਮੁੜ ਜਿਵੇਂ ਸ਼ੁਰੂ ਤੋਂ ਉਹਨੂੰ ਆਦਤ ਹੈ ਜੰਮਦੀ ਨੂੰ ਉਹ ਮੁੜ ਕਿਦੂ ਜਾਂਦੀ ਹੈ। ਮਾਮਾ ਸਵਾਣੀ ਦੀ ਆਦਤ ਹੁੰਦੀ ਹੈ। ਸੁਣਾ ਮਾਮਾ ਕਿਵੇਂ ਕਿਵੇਂ ਆ ਚੱਕਰ ਲੱਗੋ? ਮੈਂ ਤੁਹਾਡੇ ਲਿਆ ਨਾ ਜਿਹੜਾ ਨਾ ਬੋਰੀ ਇੱਕ ਆਏ ਅੰਬਾਂ ਦੀ ਇਹ ਮੈਨੂੰ ਪੜ ਦੇ ਬੋਰੀ ਅੰਬਾਂ ਦੀ। ਮਾਮਾ ਉਹ ਪੁੱਤਰ ਹੁਣ ਮੈਂ ਬੜੀ ਆਸ ਲੈ ਕੇ ਆਇਆ, ਇੱਕ ਤਾਂ ਮੈਂ ਅਚਾਰ ਪਾਉਣਾ ਹੈ, ਦੂਆ ਅਸਾਂ ਜਿਹੜਾ ਨਾ ਉਹਨਾਂ ਦਾ ਮੁਰੱਬਾ ਵੀ ਬਣਾਉਣਾ ਹੈ। ਮਾਮਾ ਤੂੰ ਇੱਕ ਦੇ ਬੋਰੀ ਦੇ ਦੋ ਬਾਜ਼ਾਰ ਦੋ ਲੈ ਜਾ, ਪਰ ਮਾਮਾ ਹੁਣ ਸਪਰੇਅ ਹੋਈ ਪਈ ਏ ਵੇਖ ਹੁਣ ਟਾਲ ਦੀ ਵੇਖ ਪੀ ਮਾਮਾ ਹੁਣ ਸਪਰੇਅ ਅਸਾਂ ਕਰ ਚੁੱਕੇ। ਮਾਮਾ ਤੂੰ ਇੱਕ ਖੋ ਕੇ ਖਾ ਤੇ ਤਾਂ ਵੇਖ, ਤੈਨੂੰ ਆਪੇ ਪਤਾ ਲੱਗ ਗਈ ਸੀ ਮਾਮਾ ਪਰਸੋਂ ਸਪਰੇਅ ਕਰਦੇ ਪਏ ਆ। ਪੱਕੀ ਗੱਲ ਸਪਰੇਅ ਕੀਤੀ ਨਹੀਂ? ਪੱਕੀ ਗੱਲ ਹੈ ਮਾਮਾ, ਤੈਨੂੰ ਪਤਾ ਕਿ ਮੈਂ ਤੇਰੇ ਕੋ ਕਦੀ ਕੂੜ ਨਹੀਂ ਮਾਰਿਆ। ਅੱਲਾ ਮੈਂ ਮੁੜ ਅੱਠਾ ਦਾਂ ਦੇ ਉਹਨੂੰ ਫੇਰਾ ਲੱਭਸਾਂ। ਅੱਛਾ ਤੇ ਬੋਰੀ ਇੱਕ ਨਾ ਜੇ ਬੋਰੀ ਨਾ ਹੋਵੇ ਨਾ ਅੱਧੀ ਬੋਰੀ ਤਾਂ ਪੱਕੀ ਮੈਂ ਲੈ ਕੇ ਜਾਣੀ ਹੈ। ਠੀਕ ਹੋ ਗਿਆ ਮਾਮਾ, ਤੁਸੀਂ ਬੇਫਿਕਰ ਹੋ ਜਾਓ। ਹੈ ਠੀਕ ਹੈ ਮਾਮਾ, ਰੋਟੀ ਦਾ ਟਾਈਮ ਆਈ ਹੋਣਾ। ਪੁੱਤਰ ਮੈਂ ਰੋਟੀ ਹੁਣ ਕੋ ਖਾ ਪੀ ਕੇ ਆਇਆ। ਅੱਛਾ ਚਲੋ ਠੀਕ ਹੈ। ਮਨਵੇ ਮਾਂ ਮੈਨੂੰ ਉੱਥੇ ਥੋੜੀ ਨਾ ਛੋੜ ਆ, ਜਾ ਟ੍ਰੇਨ ਵਿੱਚ ਅੰਦਾ ਹੀ ਨੂੰ ਸਾਡੇ ਕੋਲ ਕਿਉਂ ਸਕੂਲ ਜਾਣ ਦੀ ਵਜ੍ਹਾ ਤੋਂ ਵੇਖ ਬੰਦ ਆਇਆ ਕਿ ਮਾਮਾ ਨਿਕਲਾਣੀ ਨਹੀਂ ਦਿੰਦੀ। ਇਹ ਤਾਂ ਚੰਗਾ ਕਰਨੀ ਪੋਤਰ, ਸਕੂਲੋਂ ਘਰ ਤੇ ਘਰੋਂ ਜਿਹੜਾ ਹੈ ਟਿਊਸ਼ਨ ਰੱਖੀ ਹੋਈ ਨੇ। ਹਾਂ ਰੱਖੀ ਹੋਈ, ਕੋਸ਼ਿਸ਼ ਕਰੋ ਪੁੱਤਰ ਪੜ ਜਾਵੇ, ਇਸ ਤੋਂ ਉੱਤੇ ਕਿਹੜੀ ਗੱਲ ਨੇ। ਠੀਕ ਹੋ ਗਿਆ, ਠੀਕ ਹੋ ਗਿਆ, ਅੱਲਾ ਪਾਕ ਤੁਹਾਡੀ ਜ਼ਿੰਦਗੀ ਕਰੇ ਮਾਮਾ। ਬਿਸਮਿਲਾ ਬਿਸਮਿਲਾ, ਮਾਮਾ ਫਾਥੀ ਹੋਈ ਭੇੜਾਂ ਦੇ ਦੁਆ ਦੁਵੇ ਨਾ ਹੈ ਤੈਰ ਤਾਂ ਹੈ ਹੋਰ ਥਰੀਆ ਤੇ ਬਿਲਕੁਲ ਪਿਵਾਇਆ ਸ਼ਿਵਾਏ। ਹਾਂ ਪਾਣੀ ਸ਼ਾਣੀ ਪਿਵਾਇਆ ਹੈ ਤੇ ਅੱਜ ਮਾਮਾ ਦਿਲ ਸੀ ਤਾਂ ਹੁਣ ਮੈਂ ਜਾਂਦਾ ਪਿਆ ਹਾਂ ਤੇ ਮੈਂ ਮੁੜ 7-8 ਦਿਨ ਮੁੜ ਚੱਕ ਚੱਲ ਠੀਕ ਹੈ ਮਾਮਾ ਹੁਣ ਮੈਂ ਮੁੜ ਜਾ ਮਾਮਾ ਮੈਨੂੰ ਸੇ ਫੜਾ ਹੈ ਇਹ ਮਾਮਾ ਮੁੜ ਪਿਆ ਦਾ 8 ਦਿਨ ਦੇ ਬਾਅਦ ਉਸ ਮੁੜ ਠਹਿਰੇ ਮਾਮਾ ਆਈ ਵੀ ਬੋਰੀ ਅੰਬਾਂ ਦੀ ਦੇਇਓ। ਅੱਛਾ ਮੈਂ ਉਹਨੂੰ ਆਖਿਆ ਸਪਰੇ ਹੋਈ ਪਈ ਪਰ ਸੁਹਾਲੇ ਮਾਮਾ ਕੀਤੀ ਸਹੀ ਦਿੱਤੇ। ਹਲਾ ਦਾਲ ਸੁਣ ਸਰਮਾਲੀ ਜਿਸ ਵੇਲੇ ਤੋਂ ਤੇਰਾ ਉਸ ਹਾਂ ਮੈਂ ਆਥਣਾ ਸਪਰੇ ਹੋਇ ਹੋਇਆ ਜਿਸ ਵੇਲੇ ਤੋਂ ਮੇਰਾ ਆਵੇ ਤੋਂ ਆਥਣਾ ਸਪਰੇ ਹੋਇਆ ਇਹ ਜਿਹੜੇ ਪੱਪੀ ਆਵੀ ਨਾ ਹਾਂ ਉਹਨੂੰ ਨਾ ਆਖੀ ਸਪਰੇ ਹੋਇਆ ਬਾਕੀ ਸਾਰਿਆਂ ਨੂੰ ਆਖੀ ਜਾਂਦਾ ਨਹੀਂ ਉਹ ਪੱਪੀ ਨੂੰ ਤੇ ਉਹਨਾਂ ਆਥਾ ਤੈਨੂੰ ਪਤਾ ਅੰਬਾ ਨਾਲੋਂ ਤਾਂ ਬਹੁ ਜੋੜ ਹੈ। ਅੱਛਾ ਹਾਂ ਜਿਹੜੇ ਬੈ ਕੇ ਚੁੱਪੇ ਲੈਂਦਾ ਅੰਬਾ ਤੇ ਉਹਨੂੰ ਸੱਦੇ ਆ ਜਿਸ ਵੇਲੇ ਡੋਡੀਆਂ ਤੇ ਰਹਿੰਦੇ ਰਹੇ ਆ ਪੱਪੀ ਨੂੰ ਆਥਣਾ ਬੂਟਿਆਂ ਤੇ ਲਾਓ ਤੇ ਚਾੜ ਤੇ ਲਾਓ ਤੇ ਚਾੜ ਹੁਣ ਉਹਨੂੰ ਮੈਂ ਅੱਜ ਫੋਨ ਕਰੇ ਸਾਂ ਨੂੰ ਮੈਂ ਆਖਾਂ ਆ ਜਾ। ਅੱਛਾ ਅੰਬ ਤਿਆਰ ਹੋ ਦੇ ਤੇ ਆ ਜਾ ਥਲੋ ਹੋ ਜਾ ਇਹਨਾਂ ਦੱਲਾਂ ਤੋਂ ਨੂਰੋ ਥਲੋ ਹੋ ਜਾ। ਅੱਛਾ ਚਲੋ ਠੀਕ ਹੈ ਸਾਰਿਆਂ ਨੂੰ ਆਖੀ ਸਪਰੇ ਹੋਈ ਪਈ ਹੈ ਆਲੂ ਚਨੇ ਨਾਮ ਸਿਮਰਨ ਨਹੀਂ ਮੈਂ ਕਿਉਂ ਰੋਣਾ ਅੱਲਾ ਮਾਫੀ ਦੇਵੇ ਮੇਰਾ ਕੋਈ ਮਰ ਗਿਆ ਜਿਸ ਤੇ ਮੈਂ ਰੋਣਾ ਜਿਨੇ ਤੇ ਕੋਈ ਹੂੰ ਸਿਆਤਾ ਤੈਨ ਸ਼ਕਲ ਚਾਚਾ ਮੈਂ ਨਾ ਵੀ ਆਂਦੇ ਨਾ ਆਲੂ ਚਨੇ ਖਾ ਤੈਨੂੰ ਨੂੰ ਤੋ ਰੱਖਿਆ ਮੈਂ ਰੋਜੀ ਬਣ ਪਲੇਟ ਦੇਵਾ ਕੇ ਅੱਜਾ ਕੀ ਕਰ ਮੈਂ ਨਹੀਂ ਚਾਹ ਖੱਟਾ ਪਾ ਕੇ ਦੇਵੀ ਪਲੇਟ ਦੇਵੀ ਕੀ ਆਦਾ ਪਿਆ ਤੈਨੂੰ ਨੂੰ ਤੋ ਰੱਖਿਆ ਮੈਂ ਰੋਜੀ ਬਣੀ ਹੈ ਵਾਜੀ ਮੈਂ
ਮੇਰੀ ਸਵਾ ਦੋ ਲੀਟਰ ਦੀ ਤੋਤ ਲਾ ਇੱਥੇ ਆ ਨਹੀਂ ਨਹੀਂ ਪੀ ਲਾ ਯਾਰ ਪਾਣੀ ਪਿਵਾ ਚ ਸਾਦਾ ਬੋਤਲ ਸ਼ੋਤਲ ਦੀ ਕਾਹ ਨੀ ਲੋੜ ਚਲੋ ਸਾਦਾ ਪਾਣੀ ਲੈ ਤਾ ਬੋਤਲ ਚ ਬਿਮਾਰੀਆਂ ਬਣਦੀਆਂ ਫਿਰ ਅੱਛਾ ਮਿਠਾਈ ਦਾਲ ਸੁਣ ਉੱਥੋਂ ਬਿਹਤਰੀ ਤੁਸੀਂ ਲੋ ਮਿਠਾਈ ਮੁੜ ਲਈ ਆ ਨਹੀਂ ਯਾਰ ਮਿਠਾਈ ਸ਼ੂਗਰ ਦੀ ਵਜ੍ਹਾ ਤੋਂ ਉਹ ਵੀ ਫੜੀ ਹੈ ਫਰੂਟ ਲਾਇਆ ਭਾਈ ਤੇ ਅਚਾਰ ਗੱਤੂ ਅੱਛਾ ਅੱਛਾ ਮੈਂ ਆਖਿਆ ਜਾਨਾ ਬਹਿਣ ਕੋਲ ਤੇ ਮੇਰੀ ਬਹਿਣ ਕਿਦੇ ਕੀ ਹੋਇਆ ਇੱਥੇ ਤੂੰ ਬੰਦਾ ਆਇਆ ਅੰਬਲੀਆਂ ਥੁੱਤੀਆਂ
ਦਰ ਲੈ ਦਿਆ ਉਹਨਾਂ ਨੂੰ ਟੋਟਾ ਛੋਟਾ ਮਾਰਿਆ ਤੇ ਉਹ ਧੂਹੇ ਤੇ ਦਾਣਾ ਜਿਵੇਂ ਬੰਦਾ ਚਥੇਂਦਾ ਉਹ ਚਥਦਾ ਰਿਹਾ ਤੇ ਉਹਨੂੰ ਜੱਤ ਦਾ ਮੂੰਹ ਹਜ਼ਾਰ ਹੈ ਲੜਦੇ ਸਪਰੇ ਹੋਇਆ ਨਾ ਸਾਰਿਆਂ ਬੂਟਿਆਂ ਬੰਦਾ ਜੇ ਪਿੱਛੋਂ ਹੁੰਦਾ ਘਰ ਪਹਿਲਿਆ ਸਰ ਪਾਰ ਜਾਣ ਥੋ ਲਾ ਉਥੋਂ ਨਹੀਂ ਨਹੀਂ ਹੁਣ ਅੱਲਾ ਮਾਫੀ ਦੇਵੇ ਘਰ ਦੇ ਜੀ ਮਾਰਨੇ ਅਸ਼ਾਰੂ ਡੱਟੂ ਲਾਇਆ ਮਾਮੇ ਥੋ ਦੇ ਨਹੀਂ ਪੁੱਤ ਕਾਹ ਨੀ ਲੋੜ ਨਹੀਂ ਲੈ ਜਾ ਨਹੀਂ ਨਹੀਂ ਕੋਈ ਨੀ ਲੋੜ ਤੇ ਦੱਸ ਬਾਰਿਸ਼ ਹੋਣੀ ਹੈ ਨਾ ਉਸ ਵੇਲੇ ਤੂੰ ਲਾਣਿਆ ਸਪਰੇ ਚਿੱਠੀਆਂ ਦੇ ਨਾ ਬਾਅਦ ਆ ਜਾਵੀ ਚਲੋ ਠੀਕ ਮੁੰਡੇ ਨਵੇਂ ਬਹਿਣ ਮਾਥੇ ਮੈਨੂੰ ਸਮੀਆਂ ਜਵਾਈ ਸਾਡੇ ਅੰਬਲੀਆਂ ਨਹੀਂ ਦਿੱਤੀ ਤੇਰਾ ਦੱਟੂ ਬਰਾ ਲਾ ਕਾਈ ਲੋੜ ਨੇ ਠੀਕ ਤੇ ਘਾ ਲਾ ਉਸ ਹਾਂ ਘਾ ਲੈ ਹੈ ਘਾ ਲੈ ਚਲੋ ਠੀਕ ਬਾਲਾਂ ਦੇ ਹੱਥ ਸਿਰ ਫੇਰੀ ਤੇ ਉਹਨਾਂ ਨੇ ਪਿਆਰ ਤਰੀ ਠੀਕ ਆ ਹਾਂ ਨਹੀਂ ਨਹੀਂ ਮੇਰਾ ਮਤਲਬ ਬਾਲਾਂ ਦੇ ਨਾ ਸਿਰ ਤੇ ਹੱਥ ਫੇਰੀ ਮੇਰੀ ਆਵੇ ਨਾ ਉਹਨੂੰ ਦੱਸੀ ਜੋ ਨੁਰਾ ਸਾਹਿਬ ਆਇਆ ਤੇ ਅਮਲੀਆਂ 21 ਦੇ ਆ ਤੋਂ ਬਾਅਦ ਨਾ ਮੋੜੋ ਬਿੱਟੂ ਇੱਕ ਜਿਹੜਾ ਨਾ ਉਹ ਖੋ ਰੱਖਿਆ ਅੱਛਾ ਦੱਸ ਦੇ ਸਲ ਦੋੜੀਆਂ ਸੇ ਰਹਿੰਦੇ ਰਹੇ ਉਸ ਵੇਲੇ ਸੀ ਦੇ ਆਏ ਉਸ ਵੇਲੇ ਮੈਂ ਕਿਤੇ ਕੰਮ ਗਿਆ ਹੋਇਆ ਸਨੇ ਆ ਮੈਂ ਦਿਲਾਇਆ ਮੈਂ ਸਹਿਤ ਵਾਰੀ ਆਵੇ ਦੋ ਤਰ੍ਹਾਂ ਦੇ ਬਹੁ ਉੱਥਾ ਭਈਆ ਦੋੜੀਆਂ ਤਾਰ ਤਾਰ ਤੇ ਥਾਰ ਦਿੱਤੀ ਏ ਬੜਾ ਰੁਪਈਆ ਲਾਇਆ ਅਸਾਂ ਤਾਂ ਢੇਰ ਸਾਰਾ ਉਸ ਦੇ ਚਲੋ ਅੱਲਾ ਤੁਹਾਨੂੰ ਖਟਾਈ ਸੀ ਹਾਂ ਤੇ ਗੱਟੂ ਇੱਕ ਜਿਹੜਾ ਨਾ ਚਲੋ ਥਲੇ ਸਾ ਉਹ ਵੀ ਬਣੇ ਬਤਰੀਏ ਇਨੇ ਆ ਥਲੇ ਰੋਡ ਜਾਂਦੇ ਸੀ ਠੀਕ ਠੀਕ ਰਾ ਬਰਾ ਸਪਰੇ ਤਾਂ ਹੋਇਆ ਕੋਈ ਨੀ ਕੱਲ ਤੇਰੇ ਮਾਮੇ ਨੂੰ ਮੇਰੀ ਮਾਂ ਆਖਿਆ ਸਪਰੇ ਤਾਂ ਹੋਇਆ ਕੁਝ ਹੋਇਆ ਤਾਂ ਕੋਈ ਨੀ ਉਹ ਚਦਾ ਲਾ ਅਸਾਂ ਦੋਵਾਂ ਇਤਾ ਸੀ ਤੋਇਆ ਉਸ ਮੇਰਿਆ ਬਿਲਾਦਰੀ ਨੂੰ ਬਾਥੂ ਬੰਨਣਾ ਤੇ ਮੈਂ ਉਹਦੀ ਬਿਲਾਦਰੀ ਨੂੰ ਬਾਥੂ ਬੰਨਣਾ ਅਸਾਂ ਤੇਡੀਆਂ ਉੱਥੀਆਂ ਤਾਲਾਂ ਦਿੱਤੀਆਂ ਹੋਈਆਂ ਹੁਣ ਅਸਾਂ ਲੋਟਾਂ ਵਾਸਤੇ ਡੱਡੇ ਹੋਏ ਤੈਨੂੰ ਆਖਿਆ ਗਾ ਛੁਨੀ ਅੱਛਾ ਕਿਹੜੇ ਮਹਿਲੇ ਦਾ ਤੂੰ ਕੀ ਆਖਣਾ ਜਿਹੜੇ ਤੰਦੂਰੇ ਚ ਨਾ ਰੋਟੀਆਂ ਲੈਂਦੇ ਨੇ ਤੇ ਚਾਹ ਵੀ ਬਣੀ ਨੇ ਟੁੱਟੇ ਚ ਬਾਹਰ ਆਏ ਉੱਚੂ ਤੈਨੂੰ ਕਿਤੇ ਸੁਨੇਹਾ ਦਿੱਤੋ ਵੀ ਕੀ ਮੈਂ ਸੁਨੇਹ ਤੇ ਨਹੀਂ ਦਿਸਣਾ ਉਂਝ ਆ ਕੇ ਬੰਦਾ ਉਂਝ ਨਹੀਂ ਆਉਂਦਾ ਉਂਝ ਨਹੀਂ ਆਉਂਦਾ ਕੀ ਗੱਲ ਦੱਸੋ ਮੈਨੂੰ ਡੈਚ ਪਈ ਹੈ ਬਈ ਉੱਚ ਕੁ ਛੇਰ ਤੇ ਮੇਰੇ ਕਾਨੇ ਰੋਂਦੀ ਪਿੱਟੀ ਦੀ ਬਈ ਛੇਰ ਤੇਰੇ ਘਰ ਰੋਂਦੀ ਪਿੱਟੀ ਦੀ ਬਈ ਫੋਲ ਹੀ ਲਈ ਬਣਾ ਵਿੱਚ ਆ ਫੋਲ ਲਈ ਬਣਾ ਉਹ ਰੋਂਦੀ ਵੀ ਮੋੜਾ ਐਵੇਂ ਵਧੀ ਕਿਵੇਂ ਹਾਏ ਜਿਵੇਂ ਦੇ ਫੋਲ ਲੈ ਹੋਰ ਕੋਈ ਕੋ ਹੋਰ ਕੇ ਸੋਹਣੇ ਫੁੱਲ ਹੁੰਦੇ ਨੇ ਗੁਲਾਬ ਦੇ ਉਹ ਲੈ ਜਾ ਉਹ ਚ ਵੇਖੀ ਹੋਈ ਕਿਹੜੀ ਜਿਹੜਾ ਦੇਖ ਦੇ ਤੇ ਮੈਂ ਕਾਹ ਨਹੀਂ ਵੇਖੀ ਹੋਈ ਤੈਨੂੰ ਟਕਰੀ ਵੀ ਕੋਈ ਉਹ ਕਾਹ ਨਹੀਂ ਟਕਰੀ ਕਿਹੜੀ ਰੁੰਦੀ ਹੁੰਦੀ ਹੋਵੇ ਨਾ ਹਾਂ ਇਹ ਵੀ ਚਮਚੀ ਮੇਰੀ ਕਾਹ ਨਹੀਂ ਰੁੰਦੀ ਇਹ ਦੱਸੋ ਆ ਜਿਹੜਾ ਬੰਦਾ ਮਰ ਜਾਂਦਾ ਤੇ ਮਗਰ ਰੋਂਦੀਆਂ ਨੂੰ ਉਹ ਚ ਉਹਦੇ ਕਾਹ ਰੁੰਦੀਆਂ ਨੇ ਦੇਰ ਮਾਰ ਦਿਆ ਹਾਂ ਮੈਂ ਤੇ ਦਿੰਦਾ ਹੈ ਵਜਾ ਅੱਛਾ 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 ਉਹਨੂੰ ਪਤਾ ਨੀ ਕੀ ਚੌਪ ਚਾਰੀ ਭਾਵੇਂ ਪਿਓਰ ਮੰਡੀ ਵਧੀ ਮੇਰੀ ਨੇ ਉਹਦਾ ਨਾਂ ਕੀ ਹੈ ਨਾ ਉਹਦੀ ਸੈਮੀ ਸੈਮੀ ਤੇਰੀ ਬੈਂਟ ਨੀ ਸੈਮੀ ਨਹੀਂ 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 ਮੇਰੇ ਸਮਾਜ ਵਿੱਚ ਕੋਈ ਨਹੀਂ ਨਾਮ ਦਾ ਪਿਆ ਛਮੈਂ ਤੇ ਮੇਰੇ ਚ ਕੋਈ ਨਹੀਂ ਗਾ ਚਾਰੀ ਆਉਂਦੀ ਪਈ ਬਈ ਮਲਕ ਜਾਇ ਟਪੜਿਆ ਛੋਰੀ ਵੇ ਲਾਗੀ
ਪਿਆਜ ਮੰਡੀ ਗਿਆ। ਇਹ ਜਿਹੜਾ ਤੈਨੂੰ ਵੇਖ ਕੇ ਰੋਵਣ ਲੱਗ ਪਈ ਆ ਨਾ, ਉੱਥੇ ਹੀ ਤੁਮ ਡਰੀ ਏ। ਤੂੰ ਤੇ ਮੂੰਹ ਚੂਈ ਤੇ ਗੱਲ ਲੱਗਣਾ, ਤੇ ਗੱਲ ਲੱਗਣਾ ਤੇ ਗੱਲ ਜੇ ਜੁ ਨਹੀਂ ਤਾਂ ਕਿ ਸਹੀਮੀ ਇਹਨੂੰ ਪਿਆਰ ਕਰਦੀ ਏ ਸਹੀ। ਐਸੇ ਨਾ ਮਹਨੂਰ, ਮਾਸ਼ਾਅੱਲਾ ਦਿਲ ਇਤਨਾ ਰਾਜ਼ੀ ਹੋਇਆ ਨਾ ਤੇਰੇ ਅੱਜ ਰਸੂਲ ਅੱਬੂ ਦੇਖ ਕੇ ਨਾ ਅੰਬਾ ਦਾ ਮਾਸ਼ਾਅੱਲਾ ਇਨਸ਼ਾਅੱਲਾ ਨਾ ਜ਼ਰਨਾ ਲੱਗੇ ਕਿਸੇ ਦੀ ਵੀ। ਤੰਗ ਆਇਆ ਪਿਆ ਘਰ, ਕਿਸੇ ਟਾਈਮ ਪਕਾ ਲੈਣੀ ਕਿਸੇ ਟਾਈਮ ਨਹੀਂ, ਲੱਕੜ ਛੱਕੜ ਆਉਂਦੀ ਮੁੜ ਹੋਟਲ ਤੂੰ ਲੈ ਲਵਿੰਦਾ। ਮੈਨਾਂ 10 ਕਿਲੋ ਆਮ ਦੇ, ਮੇਰੀ ਭੈਣ ਦੇਵਣ ਦੀ ਤਾਂ ਕੋਈ ਨਾ ਆਈ, ਇਹਨਾਂ ਤੇ ਹੋਈ ਪਈ ਸਪਰੇ। ਮੇਰੇ ਪਰ ਤਾਂ ਖੋਲ ਆ, ਮੈਂ ਬਲਾ ਤੈਨੂੰ ਰੋਕ ਸਕਦੀ ਹਾਂ, ਤੂੰ ਤਾਂ ਮੇਰੀ ਪਿਆਰੀ ਭੈਣ ਤੇ ਪਿਆਰੀ ਸਹੇਲੀ ਹੈ। ਬਾਲੀ ਮੈਂ ਨਾ ਸਪਰੇ ਕਦੋਂ ਤਾਈਂ ਖਤਮ ਹੋ ਸੀ ਸਪਰੇ? ਮੈਨੂੰ ਕੋਈ ਟਾਈਮ ਟੇਬਲ ਦਾ ਪਤਾ ਕੋਈ ਨਹੀਂ, ਬਈ ਕਦੋਂ ਨਹੀਂ ਖਤਮ ਹੋਣੀ ਹੈ, ਤੱਲੂ ਨੂੰ ਹੀ ਪਤਾ। ਆ ਦਿਨੇ ਬਾਰਿਸ਼ ਹੋ ਗਈ ਨਾ ਸਪਰੇ ਖਤਮ ਹੋ ਜਾਂਦੀ, ਮੈਂ ਦੁਆ ਕਰੇ ਸਾਂ ਲੱਕਰੇ ਦੋ ਧਰੋਂਦਿਆਂ ਦੇ ਵਿੱਚ ਬਾਰਿਸ਼ ਆ ਜਾਵੇ, ਸਪਰੇ ਮੁੱਕ ਜਾਵੇ। ਆਵੇਂ ਦੀ ਪਈ ਹੈ ਆ ਜਿਹੜਾ ਕੀ ਹੈ ਰਫੀਕ, ਹਾਂ ਉਹ ਕੁਭਾਰਾਂ ਦਾ, ਉਹੀ ਹੈ ਅੰਬ ਲੈ ਕੇ ਕਿਦਾਂ ਤੱਲੂ ਕੋਲ ਗਿਆ ਹੈ, ਤੇ ਉਹ ਜ਼ਿੱਦ ਕੀਤੀ ਰੱਖੀ ਸੋ ਕਿ ਮੈਂ ਅੰਬ ਲੈ ਜਾਵਣੇ ਉਸ ਖੋ ਕੇ ਦਿੱਤੇ ਚਾ, ਉਸੋ ਦਾ ਮਾਰ ਸੁੱਤਾ ਹੀ ਘੱਲ। ਮੇਰੀ ਭੈਣ ਉਹਦਾ ਖਤਮ ਆਈ ਆ, ਮੇਰੇ ਪਰ ਤਾਂ ਖੋ ਤੇ ਲੈ ਜਾ, ਤੇਰੇ ਅੱਗੋਂ ਮੈਂ ਇਨਕਾਰ ਨਹੀਂ ਕਰ ਸਕਦਾ। ਸੀ ਨਾ ਬਾਲੀ ਭਾਈ ਜੀ ਸਪਰੇ ਵੀ ਬਹੁ ਡਾਡੀ ਏ, ਬੰਦਾ ਨੇੜੇ ਵੀ ਜਾਵੇ ਬੰਦਾ ਸੁੰਗ ਵੀ ਲੈ ਤੇ ਬੰਦਾ ਮਾਰ ਜਾਂਦਾ। ਤੋਬਾ ਕਰ, ਮੈਂ ਤੇ ਨਹੀਂ ਲੈ ਜਾਂਦੀ, ਮੈਂ ਮੇਰੀ ਭੈਣ ਅੱਲਾ ਵਾਸਤੇ ਕੋਲ ਲੈਣੇ ਪੈਸਿਆਂ ਨਾਲ ਜਿਹੜੇ ਮੈਂ ਹੋਟਲਾਂ ਤੋਂ ਲਈ। ਕਮਲੀ ਹਾਂ ਤੇਰੇ ਤੂੰ ਅੰਬ ਪਿਆਰੇ ਨੇ, ਪੈਸੇ ਤੇਰੇ ਕੋਲ ਕਿਹੜੇ ਲੈਣੇ? ਨਾ ਮੇਰੀ ਭੈਣ, ਤੁਹਾਡੀ ਮਿਹਨਤ ਤੇ ਪੈਸੇ ਮੈਂ ਲਾਜ਼ਮੀ ਦੇਣੇ। ਘਰ ਵਾਲੇ ਨਾਲ ਗੱਲ ਕਰ ਲਵੀ ਜਿਹੜੇ ਸਪਰੇ ਮੁੱਕ ਜਾਵੇ ਤੇ ਹਿਸਾਬ ਕਿਤਾਬ ਲਾ ਕੇ ਤੇ ਮਿੰਦ ਵਿਆਹ। ਵੈਸੇ ਪਿਛਲੇ ਸਾਲ ਜਿਹੜਾ ਅਚਾਰ ਪਾਇਆ ਈ ਨਾ, ਬੜਾ ਮਜ਼ੇਦਾਰ ਆਈ, ਬਹੁਤ ਸਵਾਦੀ ਅਚਾਰ ਪਾਣੇ ਆ ਉਹ ਤੇ ਮੈਂ ਆਪਣੀ ਪੂਰੀ ਬਿਲਾਦਰੀ ਚ ਅਚਾਰ ਵੰਡਿਆ ਗੱਲ ਕਰ ਲਈ ਸਾਂ। ਦੋ ਘਰਾਂ ਨੂੰ ਸੁਖਿਆ ਹੀ ਬਣ ਗਈ ਸੀ। ਇਹ ਗੱਲ ਤਾਂ ਤੇਰੀ ਵਾਕਈ ਠੀਕ ਏ, ਦੋ ਘਰਾਂ ਦੇ ਭੈਣਾਂ ਵੀ ਆਸੇ ਸਹੇਲੀਆਂ ਵੀ ਆਸੇ, ਤੇ ਸੁਣਾ ਲੜਾਈ ਜੁਗਵਾੜੀਆਂ ਨਾਲ ਬੜੀ ਵਧੀਆ ਹੈ, ਉਹਦਾ ਕੀ ਮੁੱਕਾ? ਨਹੀਂ ਕਿਸੇ ਨਾਲ ਮੱਥਾ ਨਾ ਲਾਇਆ ਕਰ, ਕਿਉਂ ਨਾ ਮੱਥਾ ਲਾ? ਅੱਜ ਕੱਲ ਦੀਆਂ ਰੰਨਾਂ ਜਿਹੜੀਆਂ 420 ਹਨ, ਐਡੀ ਗੱਲ ਵਧਾ ਰੱਖਦੀ, ਰਵੇਂ ਪਈਆਂ ਰੰਨਾਂ ਤੇ 420 ਹਨ, ਅਸੀਂ ਵੀ 400 ਘੱਟ ਹੀ ਸੀ, ਅਸੀਂ ਵੀ 420 ਹੀ ਸੀ। ਉਹਦੀ ਐਡੀ ਲੰਮੀ ਜ਼ੁਬਾਨ, ਮੈਂ ਇਹ ਜੋ ਸਬਕ ਦਿੱਤਾ ਨਾ ਪਿਆਖੇ, ਉਹਦਾ ਘਰ ਵਾਲਾ ਆ ਗਿਆ, ਮੈਨੂੰ ਤਾਂ ਬਈ ਮੌਕਾ ਲੱਭ ਗਿਆ, ਮੈਂ ਤੇ ਉਹਦੇ ਅਗਲੇ ਪਿਛਲੇ ਸਾਰੇ ਬੇਲੀ ਗਿਣੇ ਚ, ਉਹਦੇ ਸਾਰੇ ਕੂਟ ਜਿਹੜੇ ਉਹ ਮੋਬਾਈਲ ਮੈਨੂੰ ਕਾਏ ਹੋਇਆ ਸੀ ਉਹ ਵੀ ਕੱਢ ਕੇ ਸਾਹਮਣੇ ਰੱਖਿਓ। ਹਾਂ ਮੈਨੂੰ ਕਿਉਂ ਗੰਦੀ ਤੇ ਘੋੜੀ ਸਦਿਆਸ, ਮੈਨੂੰ ਕਿਉਂ ਆਖਿਆ ਤੂੰ ਇਸ ਬੰਦੇ ਨਾਲ ਰਲੀ, ਉਹ ਘੋੜਾ ਰੱਜ ਕੇ ਮੇਰੇ ਉਹਦੇ ਨਾਲ ਗੱਲਬਾਤ ਹੀ ਕੋਣ? ਮੈਂ ਐਵੇਂ ਬਦਨਾਮ ਚ ਕੀਤਾ, ਚੰਗਾ ਕੀਤਾ ਹੀ, ਕਹਿ ਨੂੰ ਡੱਕੋ ਨਾ ਦਿਹਾੜਿਆ ਤੁਹਾਡੀ ਉਹ ਸਿਰੇ ਛੱਡ ਵੈਂਦਾ। ਉਹਦੇ ਪਿੱਛੇ ਪਤਾ ਮੇਰਾ ਰਿਸ਼ਤਾ ਤਰੁੱਟ ਗਿਆ, ਇਹੋ ਗੱਲਾਂ ਮੇਰੇ ਸਹੁਰਿਆਂ ਤਾਈਂ ਗਈਆਂ, ਸਹੁਰੇ ਤੇ ਮੁੜ ਬਾਹ ਨੀ ਗਈਆਂ, ਜਲੇ ਹਾਂ ਸ਼ਾਂ ਹੋ ਗਈ, ਉਹਨਾਂ ਇਨਕਾਰ ਚ ਕੀਤਾ। ਫਾਇਦਾ ਮੇਰੀ ਭੈਣ, ਮੈਂ ਵੀ ਚੰਗਾ ਬੜਾ, ਮੈਨੂੰ ਬੜੀ ਕਾਬਿਲ ਆ। ਉਹਨਾਂ ਦੇ ਕੀ ਮੂੰਹ ਚ ਆਇਆ, ਚੁਗਲੀਆਂ ਚਾ 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 ਤੇ ਕਿਸੇ ਦਾ ਘਰ ਬਣਾਓ ਜਾਂ ਕਿਸੇ ਦਾ ਬਣਦਾ ਘਰ ਬਣਾਓ, ਕਿਤਨਾ ਗੁਨਾਹ ਅੱਲਾ ਤਾਲਾ ਗੁਨਾਹ ਦਿੰਦਾ। ਹੁਣ ਉਹਦਾ ਘਰ ਵਾਲਾ ਵੀ ਤਲਾਕ ਦੇ ਮਨ ਤਿਆਰ ਕਰ ਲੈ ਤੇ ਮਾਫੀਆ ਦੇ, ਰਾਤੀ ਮੰਗਦੀ ਤੇ ਮੇਰੇ ਕੋਲ ਹੀ ਮੰਗਦੀ, ਮੈਂ ਕਹਿੰਦਾ ਮੇਰੇ ਵੱਲੋਂ ਤੂੰ ਬਚਾ ਜੋ ਦੇ ਲੈ, ਪਰੇ ਪਰੇ ਤੇ ਹਾਂ ਪਿਆ ਠਰੇ ਹੈ। ਹਾਂ ਚੰਗਾ ਕੀਤਾ ਇਸ ਮੇਰੇ ਨਾਲ, ਨਹੀਂ ਬੁਰਾ ਕੀਤਾ ਸੁ ਬਹੁ, ਚਲ ਆ ਵੱਖੋ ਨਹੀਂ ਤੇ ਖੋ ਲੈ ਮੇਰੇ ਪਾਸ, ਨਾ ਨਾ ਦੋ ਤਰੋਂ ਦਿਆਂ ਤਈ ਮੈਂ ਉਸ ਤੇ ਪੈਸਾ ਨਾ ਮੈਂ ਲੱਭਣੇ। ਅੱਛਾ ਚਲੋ ਠੀਕ ਹੈ, ਮੈਂ ਜਿਹੜੇ ਪੈਸੇ ਲੈਣੇ ਹਨ ਮੈਂ ਤੋਂ ਸਾਥ ਲਾਏ ਲਾਏ
ਹੁਣ ਸਾਈ ਜਾਣੇ ਤੇ ਬਲਾਈ ਜਾਣੇ ਬੂਟੇ ਵੇਲੇ ਧਰੋ ਠੀਕ ਹੈ ਆ ਬੂਟੇ ਜਲਦੀ ਵੇਲੇ ਧਰੋ ਤੇ ਉੱਤੇ ਅਸਾਂ ਦੱਦਿਓ ਪੱਠੇ ਤੇ ਮੁੜ ਲੋਹ ਦੇ ਵਿੱਚ ਚੋਰੀ ਥੋਮਣ ਵਾਲੇ ਜਿਹੜੇ ਨੇ ਉਹ ਬਈਆ ਪੱਠੇ ਪੇ ਸਾਡੇ ਵੱਜ ਜਾਂਦੇ ਚਲੋ ਠੀਕ ਹੈ ਆਪਣਾ ਦੋਤ ਨਾਲ ਦਲ ਨਾ ਜਾਂ ਤੀਤੀ ਵੀ ਤੀਸੇ ਨੂੰ ਹਿੱਤ ਦਾਉਣਾ ਨਹੀਂ ਦੇਵਣਾ ਮੇਰੇ ਆਪੇਤਿਆਂ ਨੂੰ ਤੋਂ ਆਥਣਾ ਸਪਰੇ ਹੋਇਆ ਤੇਰਿਆਂ ਨੂੰ ਮੈਂ ਆਥਣਾ ਸਪਰੇ ਹੋਇਆ ਉਹ ਮੈਂ ਤਾਂ ਕਾਰ ਬੈਠੀ ਅੱਛਾ ਕਾਰ ਬੈਠੀ ਹੁਣ ਨਹੀਂ ਯਤ ਦਾ ਹੁਣ ਅੰਦਰਾਂ ਨੂੰ ਛਿੱਤੀ ਪਾ ਦੇਈ ਏ ਕੁਛ ਤਾਂ ਸਾਹ ਸੁਣਦਾ ਨਾ ਤੂੰ ਉਹਨਾਂ ਨੂੰ ਪਿਆਣਾ ਮੇਰੇ ਪੱਥੇ ਪਾ ਜੇ ਇਹਨਾਂ ਨੂੰ ਸ਼ੌਂਤ ਹੋਈ ਨਾ ਉਹਨਾਂ ਨੂੰ ਰਾਤਾਲ ਪੌਸੀ ਤੇ ਉੱਥੇ ਮੰਡੀ ਚ ਲਾਏ ਤੇ ਥਾਸੇ ਆਏ ਵੇਖੇ ਤੇਰੇ ਨਹੀਂ ਉਹ ਸੋਹਣੇ ਛਾਪਾ ਰੇ ਵਲੇਟ ਤੇ ਜਾ ਤੇ ਮੂੰਹ ਮੱਥਾ ਵੀ ਚੋਮਿਆ ਤੇ ਹਾਥੀ ਤੋੜ ਦੇਵੇਣ ਆਈ ਆ ਮੈਂ ਉਹ ਨਾਥੇ ਵੀ ਸਾਡੀ ਸਮਾਲ ਨੀ ਨਿਕਲ ਮੇਰੇ ਕੋਲ ਤਾਂ ਗੋਂਗਲੂਆਂ ਤੋਂ ਮਿੱਟੀ ਨਹੀਂ ਉਲਾਂਦੀ ਇਹੋ ਜੇ ਧੋਖਾ ਮੈਂ ਕੋਈ ਨਹੀਂ ਕਰਨਾ ਖੋ ਕੇ ਦੇਵਣੀ ਤਾਂ ਉੱਤੋ ਖੋ ਕੇ ਦੇ ਨਹੀਂ ਤਾਂ ਥੱਲੂ ਮੈਂ ਨੂਰੋ ਕੋਈ ਨਹੀਂ ਚੋਣ ਚਲੋ ਹੁਣ ਇਹਨਾਂ ਅੰਬਾਂ ਨੂੰ ਇਸ ਵਾਰੀ ਛੀਤਾ ਉਹ ਨਾ ਦੇਂਦੇ ਹੋਏ ਤੇ ਨਾ ਮੁੱਠੀਆਂ ਦੱਲਾਂ ਭਰੇਂਦੇ ਨੂੰ ਇਹ ਤਾਂ ਮੈਂ ਦੱਸਾਂ ਤੈਨੂੰ ਸਾਰੀ ਤਕਲੀਫ ਉਹਨਾਂ ਦੇ ਨਾਲ ਹੈ ਉਹਨਾਂ ਦੇ ਨਾਲ ਹੀ ਤਕਲੀਫ ਮੇਰਾ ਵੀ ਤਾਂ ਮਾਮਾ ਆਇਆ ਹੈ ਵੱਡੀ ਦਾੜੀ ਨਾਲ ਆਇਆ ਡਬਲ ਛਾਟ ਹਾਂਜੀ ਉਹ ਵੀ ਆਇਆ ਤੇਰੇ ਬਿਰਾਵਾਂ ਦੀ ਦੁਆ ਲੱਦਿਆ ਸ਼ਾਹ ਬਲੋਲ ਵਾਲੀ ਨਸਾਲੀ ਚੂ ਮੈਨੂੰ ਤੇ ਮੇਰੇ ਮਾਮੇ ਨੂੰ ਤੂੰ ਦਾੜੀ ਵਾਲੇ ਨੂੰ ਮਿੰਜਾ ਥਾਲ ਛੱਡ ਸ਼ਾਹ ਬਲੋਲ ਵਾਲੇ ਨੂੰ ਅਜ਼ਮਾ ਕੇ ਤਾਂ ਇੱਥੇ ਵੀ ਵੇਖ ਸੁਮਾ ਨਾ ਪਾ ਜਾਵਣ ਤਾਂ ਮਾਤਾ ਖਿਲਾਣਾ ਤੇ ਮੂੰਹ ਤੇਰੇ ਤੇ ਸਨੂਰੋ ਅੱਦੇ ਤੈਨੂੰ ਜੀ ਵਸ ਮਾਈ ਖਲਾ ਮੈਂ ਇਹ ਕੀ ਕੀਤਾ ਮੈਂ ਮੈਂ ਤੈਨੂੰ ਮਾਰ ਗਿਆ ਮੇਰਾ ਨਾਂ ਨਾ ਲਿਆ ਕਰ ਮੇਰਾ ਨਾਂ ਨਾ ਲਿਆ ਕਰ ਆ ਫੋਨ ਵੱਜਦਾ ਪਈ ਜਾਈ ਪਤਾ ਨਹੀਂ ਇਹ ਕੌਣ ਹੈ ਆ ਮੈਨੂੰ ਕੁਝ ਹੈ ਚੁੱਪ ਕਰਕੇ ਨਾ ਕਈ ਮਹੀਨੇ ਤੇ ਜਿਵੇਂ ਕਿ ਲੰਮਾ ਹੋ ਜਾਈ ਲੰਮਾ ਕਈ ਮਹੀਨੇ ਪਹਿਲੇ ਨਾ ਪਾ ਲੈ ਤੂੰ ਕਬ ਜਾ ਵਜੂ ਮੈਂ ਤੈਨੂੰ ਪਿਆਰ ਤਰੇਨੀ ਆ ਬਦਨਾਮ ਹੋ ਦੇ ਪਰਨਾ ਛੱਡੀ ਹੁਣ ਉਹ ਪਾਰ ਲਾ ਦੇ ਸਤਵਾਂ ਦੇ ਫੱਤੂ
ਦੰਜਾ ਭੱਟੀਆਂ ਦਾ ਸੁਣਿਆ ਨਹੀਂ? ਨਾ ਮੈਂ ਗੰਜਿਆ ਜਾਂਦਾ, ਨਾ ਮੈਂ ਭੱਟੀਆਂ ਕੋਲ ਕਰੀਨਾ, ਮੈਂ ਜਾਂਦਾ ਹੀ ਨਹੀਂ ਉਹਦੀ। ਵਾਹ ਅੱਲਾ ਤਦੂ ਐ ਦੱਸੋ, ਇਹ ਮੱਲੇ ਜਿਹੜੇ ਸੈਟਲ ਦੀ ਰੌਂਡ ਲੱਦੋ ਆ ਉੱਥੇ ਜਾਂਦਾ ਨਹੀਂ ਆਹ ਨਹੀਂ ਭਾਈ ਤੇ ਆਏ।